जट दे जिन यारे बड़े ने ओ बाबे वालों सारिया ते फुल कृपा हो जिन्हें वीर खड़े ने। Hey guys, good morning, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਨਿਊ ਵਲੌਗ। ਸੋ ਗਾਈਜ਼, ਆਪਾਂ ਚੱਲਦੇ ਹਾਂ ਕਾਲਜ, ਕਾਲਜ ਲਈ ਰੈਡੀ ਹੁੰਦੇ ਹਾਂ, ਬ੍ਰੇਕਫਾਸਟ ਕਰਦੇ ਹਾਂ ਅਤੇ ਸਿੱਧਾ ਤੁਹਾਨੂੰ ਮਿਲਦੇ ਹਾਂ ਕਿੱਥੇ, ਕਾਲਜ ਜਾ ਕੇ ਅਤੇ ਨਵੇਂ ਦੋਸਤਾਂ ਕੋਲ। ਨਵੇਂ ਤਾਂ ਨਹੀਂ ਕਹਿ ਸਕਦੇ, ਤੁਹਾਡੇ ਲਈ ਨਵੇਂ ਹੋਣਗੇ, ਉਹਨਾਂ ਨੂੰ ਮਿਲਾਉਂਦੇ ਹਾਂ ਅੱਜ ਆਪਾਂ ਤੁਹਾਡੇ ਨਾਲ। ਓਕੇ ਗਾਈਜ਼, ਮਿਲਦੇ ਹਾਂ ਤੁਹਾਨੂੰ ਸਿੱਧਾ ਕਾਲਜ ਵਿੱਚ। ਹਾਂਜੀ ਗਾਈਜ਼, ਆਪਾਂ ਹੋ ਚੁੱਕੇ ਹਾਂ ਰੈਡੀ ਕਾਲਜ ਵਾਸਤੇ, ਬ੍ਰੇਕਫਾਸਟ ਕਰ ਲਿਆ, ਟਾਈਮ 9 ਵੱਜ ਚੁੱਕੇ ਨੇ ਤੇ ਆਪਾਂ ਚੱਲਦੇ ਹਾਂ ਕਾਲਜ। ਹਾਂਜੀ ਗਾਈਸ, ਆਪਾਂ ਆ ਚੁੱਕੇ ਹਾਂ ਕਾਲਜ ਅਤੇ ਤੁਹਾਨੂੰ ਮਾਹੌਲ ਸ਼ਾਹੌਲ ਦਿਖਾਉਂਦੇ ਹਾਂ, ਜਿਹੜੇ ਮੇਰੇ ਦੋ ਫਰੈਂਡਸ ਆ ਉਹਨਾਂ ਨਾਲ ਵੀ ਮਿਲਾਉਂਦੇ ਹਾਂ। ਪਹਿਲਾ ਬੰਦਾ ਹੈਗਾ ਨਿਖਿਲ, ਦੂਜਾ ਹੈਗਾ ਨਰਿੰਦਰ, ਥੋੜ੍ਹੇ ਜਿਹੇ ਸ਼ਰਮਾਉਂਦੇ ਆ। ਅਤੇ ਆਹ ਪਿੱਛੇ ਤੁਸੀਂ ਦੇਖ ਸਕਦੇ ਹੋ ਕਾਲਜ ਮੇਰਾ, ਫਰੀਦਕੋਟ ਬਲਜਿੰਦਰਾ ਕਾਲਜ। ਹਾਂਜੀ ਗਾਈਜ਼, ਅਸੀਂ ਚੈਨਲ ਦੀ ਰੀਚਿਸ ਚੈੱਕ ਕਰ ਰਹੇ ਸੀ ਅਤੇ ਇੱਕ ਗੱਲ ਨੋਟਿਸ ਕੀਤੀ ਅਸੀਂ ਕਿ 50% ਜਣਿਆਂ ਨੇ ਸਬਸਕ੍ਰਾਈਬ ਕੀਤਾ, 50 ਜਣਿਆਂ ਨੇ ਨਹੀਂ ਕੀਤਾ ਆ। ਅਤੇ ਜਿਹੜੇ ਵੀ ਨਿਊ ਮੈਂਬਰ ਹੁੰਦੇ ਆ, ਪਲੀਜ਼ ਜਿਹੜੇ ਵੀ ਵਲੌਗ ਵੇਖਦੇ ਆ ਅਤੇ ਉਹ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਆ ਕਰੋ, ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰਾਇਆ ਕਰੋ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਇੱਕ ਇਹੋ ਜਿਹੀ ਮਹਾਨ ਹਸਤੀ ਦਿਖਾਉਣੀ ਹੈ ਤੁਹਾਨੂੰ, ਉਹ ਕਹਿੰਦਾ ਮੈਂ ਕਦੇ ਵੀ ਵਲੌਗ ਨਹੀਂ ਦੇਖਿਆ ਆਉਣ ਵਾਲੇ ਟਾਈਮ ਦੇ ਵਿੱਚ, ਆ ਆ ਬਹੁਤ ਵਧੀਆ ਤੇ ਵਲੌਗ ਆਉਣ ਵਾਲੇ ਆ। ਇਹ ਬੰਦਾ ਕਹਿੰਦਾ ਮੈਂ ਕਦੇ ਵੀ ਵਲੌਗ ਨਹੀਂ ਦੇਖਿਆ, ਘੈਂਟ ਬੰਦਾ। ਇਹ ਕਹਿੰਦਾ ਮੈਂ ਕਦੇ ਵੀ ਵਲੌਗ, ਭੋਲਾ ਤੇ ਸ਼ਰੀਫ ਇੱਕ ਪਰ ਇਹ ਗੱਲ ਆ ਯਾਰ ਬਈ, ਇਹ ਬੰਦਾ ਭੋਲਾ। ਇਹ ਬੰਦਾ ਕਹਿੰਦਾ ਮੋਬਾਈਲ ਹੁੰਦਾ ਕੀ ਆ, ਇਹ ਤੁਹਾਨੂੰ ਇਹ ਤੁਹਾਨੂੰ ਇਹ ਤੁਹਾਨੂੰ ਇਹ ਪਤਾ ਇਹਦੀ ਗਜਬ ਬੇਇੱਜ਼ਤੀ ਹੈ। ਗਾਈ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਐਨਕਾ ਕਿਉਂ ਲਾਈਆਂ, ਸਾਡੀ ਨਿਗਾਹ ਘੱਟ ਨਹੀਂ ਤਾਂ ਲਾਈਆਂ, ਅਸੀਂ ਤਾਂ ਲਾਈਆਂ, ਸਮਝ ਗਏ? ਲਾਈਕ ਕਮੈਂਟ ਸ਼ੇਅਰ ਕਰ ਦਿਓ। ਹਾਂ ਉਹ ਤਾਂ ਪੱਕਾ ਨਾ, ਲਾਈਕ ਕਮੈਂਟ ਸ਼ੇਅਰ ਤਾਂ ਪੱਕਾ। ਕਿਉਂ ਵੀ ਓਵਰ ਐਕਟਿੰਗ ਕਰਤਾ ਸਾਲਾ, ਓਵਰ ਐਕਟਿੰਗ ਕੀ ਔਲਾਦ, ਅਬ ਤੇਰੇ ਕੋ ਬਰਾਬਰ ਹੋਤਾ ਨਹੀਂ ਕਿਆ ਬੋਲਨੇ ਕੋ, ਚਲੇ ਇੱਕ ਕੰਮ ਕਰ, 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ। ਜੋ ਆਉਂਦੇ ਜੀ ਤਾਂ ਆਪਾਂ ਪੀਣਾ ਹੈ ਕੰਡੇ ਦਾ ਜੂਸ, ਆ ਬਈ ਆਪਣੇ ਨਾਲ ਆ ਜਿਹੜਾ ਮੇਰੀ ਯੂਟਿਊਬ ਤੇ ਲੱਗਾ। ਕਾਲਜ ਤੋਂ ਵਿਹਲੇ ਹੋ ਗਏ, ਮਨ ਕੀਤਾ ਜੂਸ ਪੀਣ ਦਾ ਤੇ ਜੂਸ ਪੀਣ ਆ ਗਏ ਆ, ਤੁਸੀਂ ਵੀ ਪੀਓ। ਆ ਬਈ ਦਾ ਨਾਮ ਹੈ ਪਤਾ ਨਹੀਂ ਸ਼ੋਅ ਰਿਹਾ ਤੁਹਾਨੂੰ ਕਿ ਜੀ। ਗਾਈਸ, ਲੈਕਚਰ ਸਾਰੇ ਲੱਗ ਗਏ ਸੀਗੇ, ਫਿਰ ਪਿਆਸ ਲੱਗੀ ਹੋਈ ਸੀਗੀ, ਸੋਚਿਆ ਕਿ ਜੂਸ ਪੀਤਾ ਜਾਵੇ, ਜੂਸ ਵੀ ਪੀ ਲਿਆ, ਖੱਪ ਖੁੱਪ ਆ ਕੇ ਆ ਗਏ ਅਤੇ ਹੁਣ ਆਪਾਂ ਘਰ ਆ ਗਏ ਸੀਗੇ ਅਤੇ ਵੇਖਦੇ ਹਾਂ ਬਾਅਦ 'ਚੋਂ ਸ਼ਾਇਦ ਕਿਸੇ ਪਾਸੇ ਚੱਲ ਗਏ। ਗਾਈਸ, ਤੁਹਾਨੂੰ ਮੈਂ ਪਿਛਲੇ ਵਲੌਗ 'ਚ ਦੱਸਿਆ ਸੀ ਕਿ ਮੈਂ ਟਰਾਈਪੋਡ ਔਡਰ ਕੀਤਾ ਹੋਇਆ, ਹਾਲੇ ਤੱਕ ਉਹਨਾਂ ਦਾ ਕੋਈ ਰਿਸਪੋਂਸ ਨਹੀਂ ਆਇਆ, ਵੇਖੋ ਕਦੋਂ ਤੱਕ ਆਉਣਾ ਉਹਨਾਂ, ਚੱਕਰ ਤਾਂ ਆਪਾਂ ਨੂੰ ਐਂ ਸਾਰਨਾ ਪੈਣਾ। ਜਦੋਂ ਟਰਾਈਪੋਡ ਆ ਗਿਆ, ਗਰੀਲਾ ਟਰਾਈਪੋਡ ਮੰਗਾਇਆ ਅਤੇ ਜਦੋਂ ਆ ਗਿਆ ਉਦੋਂ ਉਸ ਨਾਲ ਹੀ ਵਲੌਗ ਪਊਗਾ, ਨਾਲੇ ਉਹਦੀ ਅਨਬੋਕਸਿੰਗ ਕਰਾਂਗੇ, ਉਹਨੇ ਚੱਕਰ ਆਪਾਂ ਨੂੰ ਸਿੰਪਲੀ ਹੱਥ ਨਾਲ ਹੀ ਸਾਰਨਾ ਪੈਣਾ। ਦੀ ਨੈਕਸਟ ਡੇ। ਹੇ ਗਾਈਸ, ਗੁੱਡ ਮਾਰਨਿੰਗ, ਸਵੇਰ ਦੇ ਹੋ ਚੁੱਕੇ ਨੇ 9:15। ਅੱਜ ਮੈਂ ਕਾਲਜ ਇਸ ਕਰਕੇ ਨਹੀਂ ਗਿਆ ਕਿਉਂਕਿ ਕੋਈ ਘਰ ਦੇ ਕੰਮ ਸੀਗੇ, ਅਤੇ ਬਾਹਰ ਚੱਲਾਂਗੇ ਤੁਹਾਨੂੰ ਮਾਹੌਲ ਦਿਖਾਵਾਂਗੇ। ਕੱਲ੍ਹ ਮੈਂ ਇਸ ਕਰਕੇ ਨਹੀਂ ਵਲੌਗ ਕੰਟੀਨਿਊ ਕੀਤਾ, ਬਿਕੋਜ਼ ਕੱਲ੍ਹ ਮੇਰੀ ਤਬੀਅਤ ਥੋੜ੍ਹੀ ਖਰਾਬ ਹੋ ਗਈ ਸੀ ਅਤੇ ਇਸ ਕਰਕੇ ਮੈਂ ਰੈਸਟ ਕਰਨ ਲੱਗ ਗਿਆ ਸੀ। ਉਦੋਂ ਬਾਅਦ ਜਦ ਮੈਂ ਸੌ ਕੇ ਉੱਠਿਆ ਅਤੇ ਮੇਰਾ ਮਨ ਜਿਹਾ ਨਹੀਂ ਕੀਤਾ ਵਲੌਗ ਕਰਨ ਦਾ, ਦੈਟਸ ਵਾਈ ਕੱਲ੍ਹ ਮੈਂ ਕੰਟੀਨਿਊ ਨਹੀਂ ਕੀਤਾ। ਅੱਜ ਕੰਟੀਨਿਊ ਕਰਦੇ ਹਾਂ, ਸ਼ਾਇਦ ਅੱਜ ਆਪਣਾ ਜਿਹੜਾ ਔਡਰ ਆਉਣਾ ਉਹ ਵੀ ਆ ਜਾਵੇ, ਉਹਦੇ ਵੀ ਇਸੇ ਵਲੌਗ 'ਚ ਅਨਬੋਕਸਿੰਗ ਕਰ ਦਾਂਗੇ ਆਪਾਂ। ਬਾਕੀ ਵੇਖੋ, ਸ਼ਾਇਦ ਆਈ ਥੋਟ ਕਿ ਅੱਜ ਆ ਸਕਦਾ, ਬਿਕੋਜ਼ ਮੈਨੂੰ 3-4 ਦਿਨ ਹੋ ਗਏ ਨੇ ਐਮਾਜ਼ੋਨ ਤੋਂ ਔਡਰ ਕੀਤੇ ਨੂੰ। ਅਤੇ ਆਪਾਂ ਮਿਲਦੇ ਹਾਂ ਬਾਅਦ 'ਚ ਜਦੋਂ ਆਪਾਂ ਬਾਜ਼ਾਰ ਚੱਲਾਂਗੇ ਉਦੋਂ। ਹਾਂਜੀ ਗਾਈਜ਼, ਹੁਣ ਆਪਾਂ ਚੱਲੇ ਸੀ ਬਾਜ਼ਾਰ ਮੈਡੀਸਨ ਲੈਣ, ਅਤੇ ਫਰੈਂਡ ਨੂੰ ਫੋਨ ਲਾਇਆ ਸੀਗਾ, ਉਹਨੂੰ ਕਰੀਬ ਮੈਂ 10 ਵਜੇ ਦਾ ਲਾਇਆ ਫੋਨ, 11:30 ਵਜੇ ਚੱਲੇ ਆ ਅਤੇ ਹਲੇ ਤੱਕ ਆਇਆ ਨਹੀਂ ਬੰਦਾ ਉਹ।
ਅਤੇ ਉਹਨੂੰ ਆਪਾਂ ਮਿਲਣ ਜਾ ਰਹੇ ਹਾਂ 3-4 ਮਹੀਨਿਆਂ ਬਾਅਦ, ਬਿਕੋਜ਼ ਉਹ ਚੰਡੀਗੜ੍ਹ ਚਲ ਗਿਆ ਸੀ ਅਤੇ ਉਦੋਂ ਬਾਅਦ 'ਚੋਂ ਕੱਲ੍ਹ FDK ਵਾਪਸ ਆਇਆ ਅਤੇ ਉਹਨੂੰ ਫੋਨ ਲਾ ਕੇ ਬੁਲਾਇਆ ਅਤੇ ਤੁਹਾਨੂੰ ਦਿਖਾਉਂਦੇ ਹਾਂ ਬਾਜ਼ਾਰ ਦਾ ਮਾਹੌਲ। ਆ ਗਏ ਚੰਡੀਗੜ੍ਹ ਵਾਲੇ, ਆ ਗਏ, ਹੋਰ ਕੀ ਹਾਲ ਆ, ਚੱਲੀਏ ਮੈਡੀਸਨ ਤਾਂ ਲੈ ਲਈ ਆ, ਹੁਣ ਚੱਲਦਾ ਰੈਸਟ ਹਾਊਸ, ਵੇਖਦੇ ਹਾਂ ਉੱਥੇ ਕੋਈ ਮਾਹੌਲ ਸ਼ੌਲ ਹੈਗਾ ਤਾਂ ਤੁਹਾਨੂੰ ਵੀ ਜ਼ਰੂਰ ਵਿਖਾਵਾਂਗੇ ਅਤੇ ਆਪਾਂ ਚੱਲਦੇ ਹਾਂ। ਹਾਂਜੀ ਗਾਈਜ਼, ਆਪਾਂ ਰੈਸਟ ਹਾਊਸ ਸੈਂਟਰ ਹੋ ਚੁੱਕੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਰੈਸਟ ਹਾਊਸ। ਇਹ ਆ ਜੀ ਰੈਸਟ ਹਾਊਸ, ਚੈੱਕ ਕਰੋ। ਬਾਕੀ ਸ਼ਾਮ ਨੂੰ ਇੱਥੇ ਬਹੁਤ ਸਾਰੇ ਲੋਕ ਹੁੰਦੇ ਆ, ਹੁਣ ਤਾਂ ਨਹੀਂ, ਹੁਣ ਤਾਂ ਬਸ 7 ਲੱਗੀ ਹੋਈ ਹੈ ਜੀ ਇਹਨਾਂ ਦੀ, ਬਜ਼ੁਰਗਾਂ ਦੀ। ਡਰਾਵਣੀ ਚੀਜ਼ ਦਿਖਾਉਂਦੇ ਹਾਂ ਦੁਪਹਿਰ ਦੀ, ਵੇਖੋ ਗੋਸ਼ਟ ਛੂੰਡੇ ਲੈ ਰਹੇ ਆ ਅਤੇ ਪ੍ਰੇਮੀ ਜੋੜਾ ਮਰਿਆ ਸੀਗਾ, ਦੋਵੇਂ ਜਣੇ ਕਹਿੰਦੇ ਆ ਦੁਪਹਿਰੇ ਅਸੀਂ ਛੂੰਡੇ ਲੈਣ ਆਉਂਦੇ ਆ ਇੱਥੇ, ਆਪਾਂ ਕੋਲ ਜਾ ਨਹੀਂ ਸਕਦੇ, ਦੇਖੋ ਤਾਂ ਹੀ ਕੋਈ ਵੀ ਹੈ ਨਹੀਂ ਨਾ ਇੱਥੇ, ਚੈੱਕ ਕਰੋ। ਬਾਕੀ ਸ਼ਾਮੀ ਬਹੁਤ ਮਤਲਬ ਕਿ ਲੋਕ ਹੁੰਦੇ ਆ। ਇਹ ਰੈਸਟ ਹਾਊਸ ਮੈਂ ਕਿਹਾ ਤੁਹਾਨੂੰ ਦਿਖਾ ਦਿੱਤਾ ਜਾਵੇ ਅੱਜ, ਵੇਖੋ ਜੀ ਹਲੇ ਵੀ ਝੂਟੇ ਲਈ ਜਾਂਦੇ ਆ। ਹਾਂਜੀ ਗਾਈਜ਼, ਹੁਣ ਆਪਾਂ ਚੱਲਦੇ ਹਾਂ ਘਰੇ, ਅੱਜ ਵਾਲੇ ਵਲੌਗ 'ਚ ਇੰਨਾ ਹੀ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ। ਕੋਈ ਨਹੀਂ, ਅੱਗੇ ਵੀ ਆਪਾਂ ਤੁਹਾਡੇ ਸਾਹਮਣੇ ਇਹੋ ਜਿਹਾ ਕੁਛ ਇੰਟਰਸਟਿੰਗ ਲੈ ਕੇ ਜ਼ਰੂਰ ਆਵਾਂਗੇ, ਅਤੇ ਟਿਲ ਦੈਨ ਬਾਏ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ। ਹਾਂਜੀ ਗਾਈਜ਼, ਆਪਾਂ